अगर आपने हमारे चैनल को सब्सक्राइब नहीं किया है तो इसे सब्सक्राइब कर लें। इंडियन आइडल 11वें जीत के बाद बठिंडा पहुंचे सनी। हिंदुस्तानी इंडियन आइडल 11वें अपनी आवाज से फर्श से अर्श तक पहुंचे सनी हिंदुस्तानी ने कहा कि मां के दिए गए आखिरी मौके ने उसे बुलंदियों तक पहुंचाया है। जहां शहरवासियों ने सनी का जोश के साथ स्वागत किया, शहर के मुख्य बाजारों में सनी ने जीप में सवार होकर अपने साथियों संग रोड शो के जरिए शहरवासियों का धन्यवाद किया। ਜਿਹੜੀ ਟਰੋਫੀ ਲੈ ਕੇ ਆਇਆ ਮੈਂ ਇੱਥੇ ਆਹ ਇਸ ਤਾਂ ਪਹਿਲਾਂ ਮੈਂ ਉਸ ਸਾਰੀ ਤੁਸੀਂ ਜਨਤਾ ਦਾ ਅਤੇ ਲੋਕਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹਨਾਂ ਦੀ ਵਜ੍ਹਾ ਨਾਲ ਇਹ ਮਿਲੀ ਮੈਨੂੰ। ਮੇਰਾ ਤਾਂ ਥੋੜ੍ਹੀ ਜਿਹੀ ਮਿਹਨਤ ਹੈਗੀ ਅਤੇ ਬਸ ਉਹਨਾਂ ਦੀ ਮਿਹਨਤ ਅਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਜੇ ਜਿਸ ਬਠਿੰਡੇ 'ਤੇ ਮੈਂ ਬਿਲਕੁਲ ਇਕੱਲਾ ਸੀ ਅੱਜ ਪੂਰੀ ਦੁਨੀਆ ਮੇਰੇ ਨਾਲ ਖੜ੍ਹੀ ਅਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ। ਅਤੇ ਜਿਹੜੀ ਮੰਮੀ ਦੀ ਚਿਹਰੇ 'ਤੇ ਜਿਹੜੀ ਉਹ ਮੁਸਕਾਨ ਹੈ ਅਤੇ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੈ, ਕਿਉਂਕਿ ਬਹੁਤ ਘੱਟ ਮੁਸਕਾਨ ਦੇਖੀ ਹੈ ਮੇਰੀ ਮੰਮੀ ਦੇ ਚਿਹਰੇ 'ਤੇ ਮੈਂ, ਕਿਉਂਕਿ ਬਹੁਤ ਜੇ ਟੈਨਸ਼ਨਾਂ 'ਚ ਅਤੇ ਬਹੁਤ ਸਟਰਗਲ ਕਰਕੇ ਬਹੁਤ ਹੀ ਦੇਖ ਕੇ ਇੱਥੇ ਤੱਕ ਆਇਆ ਸੀ ਅਤੇ ਫਾਈਨਲੀ ਇਹ ਟਰੋਫੀ ਮੈਂ ਜਿੱਤਿਆ ਅਤੇ ਮੈਂ ਸਾਰੇ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਕਹਿਣਾ ਚਾਹੂੰਗਾ ਅਤੇ ਤੁਸੀਂ ਸੱਚੀਆਂ ਦੁਆਵਾਂ ਕੀਤੀਆਂ ਮੇਰੇ ਨਾਲ ਅਤੇ ਗੁਰੂ ਲੋਕ ਜਿਹੜੇ ਇੰਡੀਅਨ ਆਈਡਲ ਦੀ ਪੂਰੀ ਟੀਮ ਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ ਅਤੇ ਬਹੁਤ ਜ਼ਿਆਦਾ ਯਾਦ ਵੀ ਆ ਰਹੀ ਉਹਨਾਂ ਦੀ ਅਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਅਤੇ ਇੰਡੀਅਨ ਆਈਡਲ ਬਹੁਤ ਵੱਡਾ ਮੰਚ ਹੈ ਅਤੇ ਜਿੱਥੇ ਉਹਨਾਂ ਨੇ ਮਤਲਬ ਇਸ ਤਰੀਕੇ ਨਾਲ ਮਤਲਬ ਸਾਨੂੰ ਰੱਖਿਆ ਕਿ ਜਿੱਦਾਂ ਅਸੀਂ ਉਹਨਾਂ ਦੇ ਬੱਚੇ ਹੈ, ਇੱਕ ਫੈਮਿਲੀ ਹੈ, ਬਹੁਤ ਪਿਆਰ ਨਾਲ ਅਤੇ ਬਹੁਤ ਹੀ ਪਿਆਰਾ ਮੰਚ ਹੈ। ਜਿੰਨਾ ਵੱਡਾ ਮੰਚ ਹੈ ਇੰਨੇ ਹੀ ਉੱਥੇ ਦੇ ਲੋਕ ਬਹੁਤ ਪਿਆਰੇ ਨੇ, ਮਤਲਬ ਇੰਨਾ ਮਜ਼ਾ ਆਇਆ ਅਤੇ ਇੰਨਾ ਮਿਸ ਕਰ ਰਿਹਾ ਉਹਨਾਂ ਨੂੰ ਮੈਂ ਸਾਰਿਆਂ ਨੂੰ ਅਤੇ ਬਹੁਤ ਜ਼ਿਆਦਾ ਖੁਸ਼ੀ ਵੀ ਹੋ ਰਹੀ ਹੈ ਬਠਿੰਡੇ ਆਇਆ ਅਤੇ ਸਪੈਸ਼ਲੀ ਮੈਂ ਜੱਜਿਸ ਨੂੰ ਬਹੁਤ ਮਿਸ ਕਰ ਰਿਹਾ ਕਿਉਂਕਿ ਉਹਨਾਂ ਨੇ ਇੱਥੋਂ ਤੱਕ ਲਿਆਇਆ ਮੈਨੂੰ ਅਤੇ ਬਹੁਤ ਹੀ ਜਿਹੜੇ ਉਹ ਯਾਦਗਾਰ ਪਲ ਹੈ ਉਹ ਮਤਲਬ ਉਹ ਯਾਦ ਆ ਰਹੇ ਮੈਨੂੰ। ਜੀ ਉਹ ਖੁਸ਼ੀ ਤਾਂ ਮੈਂ ਦੱਸ ਹੀ ਨਹੀਂ ਸਕਦਾ, ਮਤਲਬ ਇੰਨੀ ਖੁਸ਼ੀ ਸੀ ਅਤੇ ਉਹ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦਾ। ਸੰਜੀ ਹਿੰਦੀ 'ਚ ਤਾਂ ਤੁਹਾਨੂੰ ਬ੍ਰੇਕ ਮਿਲ ਗਿਆ, ਪੰਜਾਬੀ ਮਾਂ ਬੋਲੀ ਬਾਰੇ ਕੀ ਵਿਚਾਰ ਹੈ ਤੁਹਾਡਾ, ਪੰਜਾਬੀ 'ਚ ਕੀ ਗੱਲ? ਹੁਣੇ ਤੁਸੀਂ ਪੰਜਾਬੀ 'ਚ ਵੀ ਗਾਣੇ ਸੁਣੋਗੇ। ਜਲਦੀ ਕੋਈ ਆਇਆ ਪੰਜਾਬੀ ਕਿਸੇ ਕਲਾਕਾਰ? ਆਣ ਵਾਲੇ ਜਲਦੀ ਸੁਣੋਗੇ। ਜੀ ਹੁਣ ਮੈਂ ਸਿੱਖਣਾ ਚਾਹੂੰਗਾ, ਵੈਸੇ ਮੈਂ ਸਿੱਖਿਆ ਨਹੀਂ ਅਤੇ ਉਹ ਘਰ ਦੇ ਹਾਲਾਤ ਐਸੇ ਸੀ ਅਤੇ ਸਿੱਖਣ ਵਾਸਤੇ ਵੀ ਪੈਸੇ ਲੱਗਦੇ ਆ ਅਤੇ ਉਹ ਪੈਸੇ ਵੀ ਨਹੀਂ ਸੀ ਮੇਰੇ ਕੋਲ ਅਤੇ ਬਸ ਹੁਣ ਮੈਂ ਸਿੱਖਣਾ ਚਾਹੂੰਗਾ ਜੇ ਮੈਂ ਦੇਖਾਂਗਾ ਹਾਲੇ। ਸਨੀ ਮੇਰਾ ਇਹਨਾਂ ਦੇ ਨਾਲ ਹੀ ਸਵਾਲ ਹੈ, ਤੁਸੀਂ ਕਹਿੰਦੇ ਹੋ ਵੀ ਮੇਰਾ ਕੋਈ ਉਸਤਾਦ ਨਹੀਂ ਸੀ, ਪਰ ਮਾਰਕੀਟ 'ਤੇ ਚਰਚਾ ਵੀ ਤੁਸੀਂ ਸਿੱਖਿਆ ਸੀ, ਉੱਥੇ ਜਿਹੜੀ ਟੀਮ ਸੀ ਉਹਨਾਂ ਦੀ ਟੀਮ ਦੇ ਦਬਾਅ ਹੇਠਾਂ ਤੁਸੀਂ ਇਹ ਬਿਆਨ ਦੇ ਦਿੱਤਾ ਵੀ ਮੈਂ ਕਿਸੇ ਤੋਂ ਨਹੀਂ ਸਿੱਖਿਆ? ਨਹੀਂ ਐਸਾ ਕੁਛ ਨਹੀਂ। ਕੋਈ ਲਵਜੀਤ ਨਾਂ ਦਾ ਬੰਦਾ ਜੀ ਦੇ ਤੋਂ ਤੁਸੀਂ ਸਿੱਖਿਆ? ਮਾਰਕੀਟ 'ਚ ਕਾਫੀ ਚਰਚਾ ਹੈ ਇਸ ਗੱਲ ਦੀ। ਨਹੀਂ ਜੀ, ਸਿੱਖਿਆ ਨਹੀਂ ਹੈ। ਸਿੱਖਣ ਦਾ ਮਤਲਬ ਜਿਹਦੇ ਕੋਲ ਨਹੀਂ ਸਿੱਖਿਆ ਨਹੀਂ ਮੈਂ ਕਿਸੇ ਕੋਲ ਵੀ ਹਾਲੇ। ਵੀਡੀਓ ਵਾਇਰਲ ਹੋ ਗਈਆਂ, ਰੈਸਲ ਕਰਦੇ ਪਤਾ ਨਹੀਂ ਮੈਨੂੰ ਕਿਉਂ ਵਾਇਰਲ ਹੋਈਆਂ ਅਤੇ ਕਿੱਦਾਂ ਹੋਈਆਂ ਸਮਝ ਨਹੀਂ। ਤੁਹਾਡੇ ਇੱਕ ਰਿਆਜ਼ ਵਾਲੀ ਜਗ੍ਹਾ ਬਣੀ ਹੋਈ ਹੈ, ਹਾਂਜੀ, ਉੱਥੇ ਹੁਣ ਸਨੀ ਕੋਲੋਂ ਲਿਆ ਕਰੂੰਗਾ ਉੱਥੇ ਲੱਗ ਕੇ ਤਾਂ। ਜੀ ਬਿਲਕੁਲ, ਹੁਣ ਤਾਂ ਮੈਂ ਆ ਹੀ ਗਿਆ ਬਠਿੰਡੇ ਅਤੇ ਅੱਗੇ ਦੀ ਜਰਨੀ ਤੈਅ ਕਰਨੀ ਅਤੇ ਮੈਨੂੰ ਮੈਂ ਮੁੰਬਈ ਰਹਿਣਾ ਹਾਲੇ ਅਤੇ ਬਸ ਮੇਰੀ ਮਾਤਾ ਨੂੰ ਮਿਲਣ ਅਤੇ ਬਠਿੰਡਾ ਵਾਸੀਆਂ ਨੂੰ ਮਿਲਣਾ ਹੈ ਜਿਨ੍ਹਾਂ ਨੇ ਮੈਨੂੰ ਜਿਤਾਇਆ ਇਹ ਜਿਹੜੀ ਟਰੋਫੀ ਦਿਲਾਈ ਹੈ ਅਤੇ ਉਹਨਾਂ ਨੂੰ ਮਿਲਣ ਆਇਆ ਅਤੇ ਪੂਰੇ ਇੰਡੀਆ ਨੇ ਪੂਰੇ ਮਤਲਬ ਸਾਰੇ ਬਹੁਤ ਜਿੰਨੇ ਵੀ ਮੈਨੂੰ ਪਿਆਰ ਕਰਦੇ ਉਹਨਾਂ ਦੀ ਵਜ੍ਹਾ ਨਾਲ ਇਹ ਮਿਲੀ ਹੈ ਅਤੇ ਬਹੁਤ ਜ਼ਿਆਦਾ ਖੁਸ਼ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਹਾਂ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਕੁਛ ਨਹੀਂ ਹੁੰਦਾ ਕਿਉਂਕਿ ਵੋਟਿੰਗ 'ਤੇ ਸਾਰੀ ਗੱਲ ਸੀਗੀ ਅਤੇ ਲੋਕਾਂ ਨੇ ਬਹੁਤ ਜ਼ਿਆਦਾ ਵੋਟਿੰਗ ਕੀਤੀ ਮੈਨੂੰ ਅਤੇ ਇਹ ਟਰੋਫੀ ਜਿਤਾਈ ਬਸ ਉਹਨਾਂ ਦਾ ਸ਼ੁਕਰਗੁਜ਼ਾਰ। ਜੀ ਬਿਲਕੁਲ,
ਮੈਂ ਖਾਲੀ ਸੂਫੀ ਗਾਉਂਦਾ ਨਹੀਂ ਸੀ ਅਤੇ ਤੁਸੀਂ ਐਪੀਸੋਡ 'ਚ ਵੀ ਦੇਖੇ ਮੈਂ ਬਹੁਤ ਗਾਣੇ ਗਾਏ ਸਨੀ ਨਿਗਾ ਸਾਹਮਣੇ ਅਤੇ ਹਰੇਕ ਤਰੀਕ ਦਾ ਗਾਣਾ ਪਸੰਦ ਵੀ ਕਰਦਾ ਮੈਂ ਗਾਉਂਦਾ ਵੀ ਹਾਂ ਅਤੇ ਸੂਫੀ ਇੱਕ ਇੱਦਾਂ ਕਿ ਉਹ ਜ਼ਿਆਦਾ ਕਰੀਬ ਹੈ ਕਿਉਂਕਿ ਮੇਰੇ ਮੈਨੂੰ ਪਰਸਨਲੀ ਮੇਰੇ ਦਿਲ ਨੂੰ ਬਹੁਤ ਚੰਗਾ ਲੱਗਦਾ ਸਿੰਗਿੰਗ ਲਈ ਹੁਣ ਤੁਹਾਨੂੰ ਕਿਹੜੇ ਕਿਹੜੇ ਆਫਰਸ ਕਿਤੇ ਆ ਰਹੇ ਨੇ ਦੋਸਤ ਨੀ ਸੀ ਕੋਈ ਬੰਦਾ ਸੀ ਮੈਂ ਉਸ ਤੋਂ ਪੈਸੇ ਲਿੱਤੇ ਤੇ ਨਹੀਂ ਉਹ ਵੈਸੇ ਹੀ ਸੀਗਾ ਤੇ ਪਤਾ ਨੀ ਮੈਨੂੰ ਨਾਮ ਨੀ ਪੁੱਛਿਆ ਮੈਂ ਬਹੁਤ ਜਲਦੀ ਚ ਸੀ ਮੈਂ ਪੈਸੇ ਲਿੱਤੇ ਮੈਂ ਚਲਾ ਗਿਆ ਮੈਂ ਕਿਹਾ ਵੀ ਮੈਂ ਤੁਹਾਨੂੰ ਆ ਕੇ ਕਿੰਨੇ ਪੈਸੇ ਲਏ ਦੋ 3000 ਰੁਪਏ ਲਿੱਤੇ ਦੁਬਾਰਾ ਮਿਲੇ ਨੀ ਮਿਲੇ ਉਸ ਬੰਦੇ ਕੌਣ ਹਾਲੇ ਤੱਕ ਤਾਂ ਮਿਲੇ ਨੀ ਪਤਾ ਨੀ ਉਹ ਕੌਣ ਸੀ ਮੇਰੇ ਯਾਰ ਦੋਸਤ ਦੇ ਥਰੂ ਮਤਲਬ ਉਹ ਪੈਸੇ ਆਏ ਸੀ ਤੇ ਮੈਂ ਮਿਲਿਆ ਨਹੀਂ ਸੀ ਜੀ ਲੰਡਨ ਜਾ ਰਿਹਾ ਉੱਥੇ 3 ਸ਼ੋਅ ਹੈ ਜੀ ਲੰਡਨ 'ਚ ਕਦੋਂ ਤੋਂ ਲੰਡਨ 'ਚ 28 ਮਾਰਚ ਨੂੰ ਅੱਜ ਰੋਡ ਸ਼ੋਅ ਵੀ ਕਰ ਰਹੇ ਹੋ ਰੋਡ ਸ਼ੋਅ ਕੀ ਇਹ ਤਾਂ ਤੁਹਾਡਾ ਪਿਆਰ ਹੈ ਜਿਹੜਾ ਤੁਸੀਂ ਉਹ ਸਨਮਾਨਿਤ ਕਰੀ ਜਾਂਦੇ ਹੋ ਅਤੇ ਬਾਕੀ ਤਾਂ ਮੈਂ ਬਸ ਮਿਲਣ ਆਇਆ ਸੀ ਮੰਮੀ ਪਾਪਾ ਨੂੰ ਸਾਰਿਆਂ ਨੂੰ ਬਸ ਇੱਕ ਜਿਹੜੀ ਉਹ ਜਿੱਤਦੀ ਉਹਨਾਂ ਨੂੰ ਵੀ ਖੁਸ਼ੀ ਹੈ ਅਤੇ ਉਹਨਾਂ ਨਾਲ ਸੈਲੀਬ੍ਰੇਟ ਕਰਨ ਵਾਸਤੇ ਆਇਆ ਕੰਪਨੀ ਵੱਲੋਂ ਹੁੰਦਾ ਸੋਨੀ ਕੀ ਮੇਰੀ ਮਾਂ ਦੇਖੋ ਜੀ ਮੈਂ ਤਾਂ ਹਰ ਜਗ੍ਹਾ ਜਾਣਾ ਚਾਹੂੰਗਾ ਜੇ ਬੁਲਾਵੇ ਮੈਨੂੰ ਤਾਂ ਮੈਂ ਤਾਂ ਜ਼ਰੂਰ ਜਾਣ ਨੂੰ ਤਿਆਰ ਥੱਲੇ ਲਾੜਾ ਜੀ ਜ਼ਰੂਰ ਜ਼ਰੂਰ ਕਿਉਂਕਿ ਲੋਕਾਂ ਨੇ ਉਹਦੇ ਨਾਲ ਵੀ ਜੁੜੀ ਹੋਈ ਜਿਹੜੀ ਵੀ ਯਾਦਾਂ ਸੀ ਜਿਹੜੇ ਵੀ ਮੈਂ ਗਾਣੇ ਗਾਏ ਹੈ ਅਤੇ ਮੈਂ ਤਾਂ ਉਹਨਾਂ ਦੀ ਜੁੱਤੀ ਦੇ ਮਿੱਟੀ ਦੇ ਬਰਾਬਰ ਵੀ ਹੈ ਨਹੀਂ ਉਹਨਾਂ ਦੇ ਜਿੰਨਾ ਵੀ ਤੁਸੀਂ ਗੱਲ ਕਰੀ ਜਾਂਦੇ ਮੈਂ ਤਾਂ ਕਦੇ ਉਹਨਾਂ ਵਰਗਾ ਬਣਦਾ ਹੀ ਬਣ ਹੀ ਨਹੀਂ ਸਕਦਾ ਜਿਹੜਾ ਤੁਸੀਂ ਨਾਮ ਜੋੜੀ ਜਾਂਦੇ ਉਹ ਪਤਾ ਨਹੀਂ ਤੁਹਾਡਾ ਪਿਆਰ ਹੈ ਅਤੇ ਵੈਸੇ ਮੈਂ ਤਾਂ ਬਹੁਤ ਹੀ ਦੂਰ ਹਾਂ ਉਹਨਾਂ ਤੋਂ ਮੈਂ ਤਾਂ ਵੈਸੇ ਉਹਨਾਂ ਨੂੰ ਪਿਆਰ ਕਰਦਾ ਇੱਕ ਜਿਹੜਾ ਕਿਉਂਕਿ ਉਹਨਾਂ ਦਾ ਜਦੋਂ ਮੈਂ ਪਹਿਲੀ ਵਾਰ ਗਾਣਾ ਸੁਣਿਆ ਸੀ ਮੈਂ ਉਹਨਾਂ ਨੂੰ ਸੁਣ ਕੇ ਰੋਇਆ ਸੀ ਅਤੇ ਉਹ ਮੈਂ ਅਲੱਗ ਹੀ ਇੱਕ ਦੁਨੀਆ 'ਚ ਚਲਾ ਗਿਆ ਸੀ ਤਾਂ ਕਰਕੇ ਉਹਨਾਂ ਨਾਲ ਬਹੁਤ ਪਿਆਰ ਸੀ ਅਤੇ ਸਭ ਤੋਂ ਪਹਿਲਾਂ ਜਿਹੜਾ ਗਾਣਾ ਸੁਣਿਆ ਸੀ ਉਹ 900 ਸਾਲ ਦਾ ਸੀ ਅਤੇ ਜਿਹਦੇ ਨਾਲ ਮੇਰੀ ਮਿਊਜ਼ਿਕ ਜਰਨੀ ਮੈਂ ਸਟਾਰਟ ਕੀਤੀ ਜੀ ਸਰ ਵੈਸੇ ਤਾਂ ਮੈਂ ਗਾਉਂਦਾ ਰਹਿੰਦਾ ਸੀ ਇੱਥੇ ਬਠਿੰਡੇ ਦੀ ਗਲੀਆਂ 'ਚ ਇਹ ਮੇਰੇ ਯਾਰ ਦੋਸਤ ਹੁੰਦੇ ਸੀ ਸਾਰੇ ਅਤੇ ਇਹ ਕਹਿੰਦੇ ਸੀ ਵਧੀਆ ਗਾਉਂਦਾ ਫਿਰ ਇਹਨਾਂ ਥਰੂ ਕੋਈ ਹੋਰ ਆ ਗਏ ਫਿਰ ਉਹ ਵੀ ਸੁਣਦੇ ਸੀ ਕਿ ਯਾਰ ਇਸ ਲੜਕੇ ਕੋਲ ਸੁਣਨਾ ਅੱਛਾ ਗਾਉਂਦਾ ਕਪਿਲ ਸ਼ਰਮਾ ਤਾਂ ਆਪਣੇ ਸਾਰੇ ਦੋਸਤਾਂ ਨੂੰ ਨਾਲ ਲੈ ਗਏ ਜਿੰਨੇ ਨਾਲ ਸਾਡੇ ਨਾਲ ਮੇਰੇ ਨਾਲ ਹੀ ਖੜੇ ਜੀ ਹੁਣ ਵੀ ਤੇਰੇ ਗਾਉਂਦੇ ਮੈਂ ਸਾਰੇ ਲੈ ਗਏ ਮੇਰਾ ਸਵਾਲ ਹੈ ਸਨੀ ਹੁਣ VIP ਹੈ ਕਿ ਪੁਰਾਣਾ ਸਨੀ ਹੈ VIP ਕੀ ਹੁੰਦਾ ਹੈ ਇਨਸਾਨ ਦੀ ਕੀ ਔਕਾਤ ਹੁੰਦੀ ਹੈ ਸਰ ਤੁਸੀਂ ਰਾਤ ਹੋਟਲ 'ਚ ਰਹੇ ਹੋ ਲੱਗ ਘਰੇ ਜੀ ਘਰੇ ਕਿਉਂਕਿ ਇਸ ਲਈ ਵੀ ਗਿਆ ਨਹੀਂ ਕਿਉਂਕਿ ਮੰਮੀ ਸੀਗੀ ਅਤੇ ਉੱਥੇ ਮੰਮੀ ਸੀਗੀ ਨਹੀਂ ਉੱਥੇ ਪਤਾ ਨਹੀਂ ਮੰਮੀ ਨੇ ਕਾਲ ਕੀਤਾ ਸੀ ਉਹਨਾਂ ਕਿਹਾ ਵੀ ਤੂੰ ਹੋਟਲ 'ਚ ਰੁਕ ਜਾ ਇੱਥੇ ਉਹ ਘਰ ਸਾਡਾ ਬਣਿਆ ਨਹੀਂ ਨਾ ਹਾਲੇ ਤੂੰ ਕਹਿੰਦੇ ਤੂੰ ਹੋਟਲ 'ਚ ਰੁਕ ਜਾ ਜਿਹੜਾ ਸਵਾਲ ਦਾ ਉਹਨਾਂ ਵਿੱਚ ਮੈਂ ਉਹਦੇ ਵਿੱਚ ਹੀ ਗੱਲ ਕਰ ਰਿਹਾ ਉਹਨਾਂ ਨੇ ਕਿਹਾ ਕਪਿਲ ਸ਼ਰਮਾ ਆਪਣੇ ਸਾਰੇ ਦੋਸਤ ਲੈ ਗਏ ਤੁਸੀਂ ਸੈਲੀਬ੍ਰਿਟੀ ਬਣ ਗਏ ਹੋ ਤੁਹਾਡੀ ਅੱਗੇ ਸਕਸੈਸ ਹੋਣੀ ਹੈ ਜਿਹੜੇ ਤੁਹਾਡੇ ਨਾਲ ਸੀ ਜਿਹੜੇ ਤੁਹਾਨੂੰ ਗਾਈਡ ਕਰਦੇ ਸੀ ਐਪਰੀਸ਼ੀਏਸ਼ਨ ਦਿੰਦੇ ਸੀ ਕਰੋ ਜੀ ਕਰੋ ਉਹਨਾਂ ਬਾਰੇ ਸੋਚੋ ਜਿਹੜੇ ਮੇਰੇ ਨਾਲ ਖੜੇ ਆ ਦਿਲੋਂ ਖੜੇ ਆ ਉਹ ਤਾਂ ਮੇਰੇ ਹਮੇਸ਼ਾ ਦਿਲ 'ਚ ਰਹਿਣਗੇ ਅਤੇ ਹਮੇਸ਼ਾ ਮੈਂ ਗੱਲ ਵੀ ਕਰਦਾ ਉਹਨਾਂ ਨਾਲ ਇਹੀ ਨੇ ਮੇਰੇ ਯਾਰ ਦੋਸਤ ਜਿਹੜੇ ਬੈਠੇ ਜੀ ਮੈਂ ਤਾਂ 6 ਤੱਕ ਪੜਿਆ ਕਿਉਂਕਿ ਵਿਚਾਲੇ ਛੱਡਣਾ ਪਿਆ ਸੀ ਪਾਪਾ ਦੀ ਡੈਥ ਹੋ ਗਈ ਸੀ ਅਤੇ ਜਿਹੜੀਆਂ ਜ਼ਿੰਮੇਵਾਰੀਆਂ ਉਹ ਸਾਰੀ ਮੇਰੇ ਉੱਤੇ ਆ ਗਈ ਕਿਉਂਕਿ ਕੋਈ ਭਰਾ ਵੀ ਹੈ ਨਹੀਂ ਕੋਈ ਹੋਰ ਹੈ ਹੀ ਨਹੀਂ ਮਤਲਬ ਮੈਨੂੰ ਸੰਭਾਲਣਾ ਪਿਆ
ਰਾਗ ਬਾਰੇ ਫਿਲਮ ਹੈ ਨਾ ਕਿਹੜੇ ਕਿਹੜੇ ਰਾਗ ਤੁਸੀਂ ਸਿੱਖੇ ਹੋ? ਬਾਕੀ ਨੁਸਰਤ ਸਾਹਿਬ ਜਦੋਂ ਗਾਉਂਦੇ ਸੀ ਉਹ ਗਾਉਂਦੇ ਗਾਉਂਦੇ ਦੱਸਦੇ ਸੀਗੇ ਕਿ ਇਹ ਕਿਹੜਾ ਇਹ ਰਾਗ ਗਾ ਰਿਹਾ ਮੈਂ, ਇਹ ਰਾਗ ਗਾ ਰਿਹਾ, ਅਤੇ ਉਹ ਥੋੜ੍ਹਾ ਸਿੱਖਦਾ ਰਹਿੰਦਾ ਸੀ। ਮੈਨੂੰ ਤਾਂ ਮਿਲੇ ਨਹੀਂ ਕੋਈ। ਸਨੀ ਅਸੀਂ ਚਾਹਾਂਗੇ ਕੋਈ ਨਾਲ ਵੈਸੇ ਸੀਗੇ ਕੋਈ ਦੋਸਤ ਫੈਂਸੀ ਕੋਈ ਐਸਾ ਜਿਹੜਾ ਪਲੇਟਫਾਰਮ ਕੋਈ ਇਹ ਕਰਾਉਣਾ ਚਾਹੋਗੇ? ਜੀ ਜ਼ਰੂਰ ਜੀ, ਅਤੇ ਵਧੀਆ ਟੈਲੈਂਟ ਅਤੇ ਇਹ ਉਹ ਮੇਰੇ ਵਾਂਗੂ ਹਾਲਾਤਾਂ ਤੋਂ ਹਾਰਿਆ ਹੋਇਆ ਤਾਂ ਮੈਂ ਜ਼ਰੂਰ ਉਹਨਾਂ ਨੂੰ ਸਪੋਰਟ ਕਰਾਂਗਾ। ਨੁਸਰਤ ਸਾਹਿਬ ਦੀਆਂ ਦੋ ਕਲਾਈਆਂ ਚਾਹਾਂਗੇ ਸਾਡੇ ਦਰਸ਼ਕ ਜਿਹੜੇ ਦੇਖਦੇ ਆ ਉਹਨਾਂ ਦੀ। ਉਸਨੇ ਜਾਣਾ ਕੀ ਤਾਰੀਫ ਮੁਮਕਿਨ ਨਹੀਂ, ਉਸਨੇ ਜਾਣਾ ਕੀ ਤਾਰੀਫ ਮੁਮਕਿਨ ਨਹੀਂ, ਆਫਰੀ 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 ਆਫਰੀ, ਤੂੰ ਵੀ ਦੇਖੇ ਅਗਰ ਤੋ ਕਹੇ ਹਮ ਨਸ਼ੀ, ਆਫਰੀ 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 ਆਫਰੀ, ਉਸਨੇ ਜਾਣਾ ਕੀ ਤਾਰੀਫ ਮੁਮਕਿਨ। ਥੈਂਕ ਯੂ। ਤੁਹਾਡੇ ਮੰਮੀ ਨੂੰ ਕਦੋਂ ਲੈ ਕੇ ਜਾਣਾ ਬੰਬੇ? ਤੁਸੀਂ ਕਿਹਾ ਸੀ ਉਹਨੂੰ ਰਾਣੀ ਬਣਾ ਕੇ ਰੱਖਣਾ ਉੱਥੇ, ਸੁਪਨਾ ਤੁਹਾਡਾ? ਜੀ ਹਾਲੇ ਤਾਂ ਸ਼ੁਰੂਆਤ ਹੋਈ ਹੈ, ਹਾਲੇ ਤਾਂ ਮੈਂ ਉੱਥੋਂ ਆਇਆ ਹੀ ਹਾਂ, ਅਤੇ ਮੈਂ ਜ਼ਰੂਰ ਮੰਮੀ ਨੂੰ ਤਾਂ ਮੁੰਬਈ ਨਹੀਂ ਮੈਂ ਬਹੁਤ ਜਗ੍ਹਾ ਲੈ ਕੇ ਜਾਣਾ ਉਹਨਾਂ ਨੂੰ, ਜਿਹੜੀ ਉਹਨਾਂ ਨੇ ਉਹ ਜ਼ਿੰਦਗੀ ਜੀ ਨਹੀਂ ਸਕੀ, ਉਹ ਬਹੁਤ ਮੁਸ਼ਕਿਲਾਂ ਸੀਗੀਆਂ, ਅਤੇ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਣੀ। ਜ਼ਿਆਦਾਤਰ ਤਾਂ ਮੈਂ ਸ਼ਾਇਦ ਇੰਡੀਅਨ ਆਈਡਲ 'ਚ ਇਸ ਲਈ ਗਿਆ ਸੀ ਕਿ ਮੰਮੀ ਨੂੰ ਵਧੀਆ ਜ਼ਿੰਦਗੀ ਦੇਣੀ। ਹਾਂਜੀ, ਪਰਿਵਾਰ 'ਚ ਜੀ ਮੇਰੇ ਤਿੰਨ ਭੈਣਾਂ ਨੇ, ਅਤੇ ਮੇਰੀ ਇੱਕ ਮਾਂ, ਅਤੇ ਮੈਂ ਪਾਪਾ ਦੀ ਡੈਥ ਹੋ ਗਈ, ਅਤੇ ਬਾਕੀ ਚਾਚੇ ਭੂਆ ਦਾਦਾ ਦਾਦੀ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।